ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣ ਖੁਦ ਐਕਸ਼ਨ ਦੇ ਵਿੱਚ ਆਏ ਸੀਐਮ ਭਗਵੰਤ ਮਾਨ ਮਾਰਿਆ ਛਾਪਾ ਮੰਡੀਜੂ ਕੀਤੀ ਚੈਕਿੰਗ ਵੱਡੀ ਖਬਰ ਆ ਦੋਸਤੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਇਸੋ ਲਈ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਨੇ ਕਿਸਾਨਾਂ ਦੀ ਦਾਣਾ ਮੰਡੀ ਤੋਂ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਮੰਡੀ ਦੇ ਵਿੱਚ ਆਇਆ ਪਹਿਲੀ ਢੇਰੀਆ ਅਤੇ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਉਹ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਜੀ ਅੱਜ ਮੈਂ ਦੇਖਣਾ ਹੈ ਕਿ ਇਸ ਵਾਰ ਕਣਕ ਥੋੜੀ ਜਹੀ ਲੇਟ ਅਤੇ ਝਾੜਦਾ ਵੀ ਮੈਨੂੰ ਪਤਾ ਲੱਗਿਆ ਕਿ ਅੱਗੇ ਨਾਲੋਂ ਥੋੜਾ ਜਿਹਾ ਘਟਾ ਹੈ ਉਹ ਤੱਕ ਕੁਦਰਤੀ ਹੀ ਮੌਸਮ ਕਦੇ ਗਰਮੀ ਆ ਗਈ ਅਦੇ ਗਰਮੀ ਲੇਟ ਆ ਗਈ ਉਸ ਦੇ ਨਾਲ ਹੋਇਆ ਸੋ ਮੈਂ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਪਾਣੀ ਦੀ ਬਾਥਰੂਮ ਦੀ ਲੇਬਰ ਨੂੰ ਬੈਠਣ ਦੀ ਜਗ੍ਹਾ ਤੇ ਟਾਇਲਟ 2262 ਮੰਡੀਆਂ ਪੰਜਾਬ ਦੇ ਵਿੱਚ ਹਨ ਤੇ 1862 ਪੱਕੀਆਂ ਹਨ 400 ਉਹ ਕੱਚੀਆਂ ਹਨ ਟੈਂਪਰੇਰੀ ਹਨ ਉਹ ਬਣਾਈਆਂ ਗਈਆਂ ਸੀ ਕਰੋਨਾ ਦੇ ਵੇਲੇ ਹੁਣ ਅਸੀਂ ਉਹਨਾਂ ਨੂੰ ਅੱਗੇ ਕੰਟੀਨਿਊ ਕਰਾਂਗੇ ਤਾਂ ਜੋ ਪੰਜਾਬ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਵੀ ਦਿੱਕਤ ਨਾ ਹੋਵੇ 135 ਲੱਖ ਮੀਟਰ ਕਟਨ ਜੋ ਕਣ ਕਾਉਣੀ ਦੀ ਉਮੀਦ ਹੈ ਉਸ ਦੇ ਵਿੱਚੋਂ 9 ਤੋਂ 9.5 ਲੱਖ ਇਕਲਾ ਖੰਨਾ ਜ਼ਿਲ੍ਹੇ ਦੇ ਵਿੱਚ ਤੇ 135 ਟਨ ਅਫਸਰਾਂ ਨੂੰ ਸਖਤ ਹਦਾਇਤਾਂ ਨੇ ਭੁਗਤਾਨ ਦੇ ਪੇਮੈਂਟ ਦੇ ਵਿੱਚ ਬਾਰਦਾਨੇ ਦੇ ਵਿੱਚ ਕਮੀ ਜਾਂ ਟਰਾਂਸਪੋਰਟ ਜਾਂ ਲੇਬਰ ਦੀ ਕੋਈ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਅਸੀਂ ਆਨ ਦਾ ਤਾਂ ਕਹਿੰਦੇ ਹਾਂ ਤਾਂ ਉਸ ਦੇ ਨਾਲ ਦਾਤੇ ਵਾਲਾ ਵਿਵਹਾਰ ਹੋਣਾ ਚਾਹੀਦਾ ਬਾਕੀ ਉਹਨਾਂ ਵੱਲੋਂ ਕੀ ਗਿਆ ਗਿਆ ਚੈਨਲ ਤੇ ਪਾਈ ਵੱਡੀ ਵੀਡੀਓ ਚ ਚੈੱਕ ਕਰੋ